ਅੱਜ ਮੈਂ ਆੜੂ ਦੀ ਬੋਲੀ 'ਤੇ ਆਇਆ, ਆੜੂ ਦੀ ਬੋਲੀ ਹੋ ਰਹੀ ਹੈ, ਪਤਾ ਕਰਨਾ ਕੀ ਰੇਟ ਸ਼ੇਟ ਹੈ, ਇਨਸ਼ਾਅੱਲਾ ਫਿਰ ਪਤਾ ਕਰਾਂਗੇ। ਹੁਣ ਆੜੂ ਦੀ ਬੋਲੀ ਸ਼ੁਰੂ ਹੋਈ ਹੋਈ ਹੈ। ਲਾਹੌਰ ਜਾਂ ਸੀਨ ਕਿਤਨੇ ਵੀ ਨਹੀਂ ਮਿਲਣਗੇ। ਆੜੂ ਬੜਾ ਹੋ ਗਿਆ ਮਾਸ਼ਾਅੱਲਾ ਮੰਡੀ। ਇਹ ਕਿੰਨੇ ਕਿੰਨੇ ਦੀ ਪੇਟੀ ਵਿਕੀ? ਹੁਣ ਆੜੂ ਜ਼ਰਾ ਵੀ ਆਈ ਪੀ ਆ ਗਿਆ, ਠੀਕ ਹੈ ਸਰ। ਇਹ ਕਿੱਥੇ ਜ਼ਿਆਦਾ ਆ ਰਿਹਾ ਆੜੂ? ਜ਼ਿਆਦਾ ਸਵਾਦ ਜਿਹੜਾ ਆ ਰਿਹਾ ਆੜੂ ਆਇਆ, ਪਤਾ ਕਰਨੇ ਕਿ ਆੜੂ ਦਾ ਰੇਟ ਕੀ ਹੈ। ਸਰ ਕੀ ਹਾਲ? ਸਰ ਜੀ ਅੱਜ ਤਾਂ VIP ਆੜੂ ਆਇਆ, ਅੱਗੇ ਤਾਂ ਕੱਚਾ ਆਉਂਦਾ ਸੀ ਪਹਿਲੇ ਸਟਾਰਟ। ਮਾਸ਼ਾਅੱਲਾ ਬਹੁਤ ਵਧੀਆ ਆ ਗਿਆ, ਸਵਾਦ ਦੇ ਆੜੂ ਆ ਰਹੇ ਨੇ, ਚੰਗੇ ਅੱਛੇ ਆੜੂ ਆ ਰਹੇ ਨੇ। ਅੱਛਾ, ਕਿੰਨੇ ਕਿੰਨੇ ਦੀ ਪੇਟੀ ਵੇਚ ਰਹੇ? 700 ਰੁਪਏ ਦੀ। 700 ਰੁਪਏ ਦੀ। ਵਜ਼ਨ ਕਿੰਨਾ ਹੈ? ਵਜ਼ਨ 7 ਕਿਲੋ 6.5 ਕਿਲੋ। ਅੱਛਾ ਸਰ, ਇਹ ਕਿੰਨੇ ਕੁ ਦਿਨ ਦੀ ਫਸਲ ਹੁੰਦੀ? ਤਕਰੀਬਨ ਕਿੰਨੇ ਦਿਨ ਜਾਂਦੀ? ਤਕਰੀਬਨ 3 ਮਹੀਨੇ ਚੱਲ ਜਾਂਦੀ। 3 ਮਹੀਨੇ ਚਲੀ ਜਾਂਦੀ, ਕਿਉਂਕਿ ਸਟੋਰ ਵੀ ਹੋ ਜਾਂਦਾ ਉਧਰ। ਹਾਂ ਬਿਲਕੁਲ, ਸਟੋਰ ਵੀ ਹੋ ਜਾਂਦਾ, ਕਿੰਨੇ ਪੇਟੀ 'ਚ ਸਟੋਰ ਹੋ ਜਾਂਦਾ। ਅੱਛਾ, ਮਾਸ਼ਾਅੱਲਾ, ਕੀ ਬਾਤ ਹੈ। ਹੋਰ ਸਰ ਜੀ, ਇਹਨਾਂ ਦਾ ਸ਼ੁਕਰ ਖੁਸ਼ ਹੈ। ਇੱਧਰ ਫਰਮਾਨੀ ਵੀ ਆ ਗਈ ਹੋਈ ਹੈ। ਫਰਮਾਨੀ ਕਿੱਥੋਂ ਦੀ ਸਰ? ਫਰਮਾਨੀ ਕੋਟਿਆਂ ਆ ਗਈ। ਕੋਟਿਆਂ ਆ ਗਈ, ਇਹ ਮੇਰੇ ਕਹਿੰਦਾ ਜ਼ਿਆਦਾ ਕੋਟਿਆਂ ਆ ਗਈ। ਹਾਂ ਜੀ ਬਿਲਕੁਲ। ਦੇਖੋ ਜੀ, ਆਲੂ ਬੁਖਾਰਾ ਵੀ ਆ ਗਿਆ ਔਰ ਕੁਰਬਾਨੀ ਵੀ ਆ ਗਈ। ਇਹ ਪੀਆ ਆਲੂ ਬੁਖਾਰਾ, ਆਲੂ ਬੁਖਾਰੇ ਵਾਲੇ ਤਾਂ ਮਾਲਕ ਬੈਠੇ ਨਹੀਂ ਹੈ। ਇਹਦੇ ਆ ਗਈ ਸਰ ਜੀ। ਕੁਰਬਾਨੀ ਦੀ ਪੇਟੀ ਕਿੰਨੇ ਦੀ? ₹950 ਦੀ। ਵਜ਼ਨ ਕਿੰਨਾ ਹੋ ਗਿਆ ਸਰ? ਵਜ਼ਨ ਇਹਦਾ 5 ਕਿਲੋ ਜੀ। ਤੇ ਆਲੂ ਬੁਖਾਰਾ? ਆਲੂ ਬੁਖਾਰਾ ਜੀ 2800 ਰੁਪਏ ਦਾ। ਖੁਰਮਾਨੀ ਬੜੀ ਮਹਿੰਗੀ ਆਈ ਸਾਹਿਬ। ਅੱਛਾ, 300 ਰੁਪਏ ਰਹਿਤ ਹੋਈ। ਅੱਛਾ, 300 ਰੁਪਇਆ ਰਹਿਤ ਹੋ ਗਈ। ਮਾਸ਼ਾਅੱਲਾ, ਪਹਿਲੇ ਕੱਚੀ ਆਈ ਸਾਹਿਬ। ਲੁਗਾਠ ਆ ਜੀ ਮਾਸ਼ਾਅੱਲਾ। ਅੱਛਾ ਅੱਛਾ, ਦੇਖੋ ਜੀ, ਲੁਗਾਠ ਵੀ ਅਜੇ ਆ ਰਹੀ। ਇਹ ਕਿੱਥੇ ਦੀ ਆ ਰਹੀ? ਸਵਾਦ ਤੋਂ ਆ ਰਹੀ। ਇਹ ਵੀ ਸਵਾਦ ਤੋਂ ਆ ਰਹੀ।
ਮਾਸ਼ਾਅੱਲਾ ਜੀ ਕੀ ਬਾਤ ਹੈ ਜ਼ਬਰਦਸਤੀ ਅੱਲਾਹ ਤਾਲਾ ਤੁਹਾਨੂੰ ਕਾਮਯਾਬੀ ਦੇਵੇ ਮਾਸ਼ਾਅੱਲਾ ਅੱਜ ਬਹੁਤ ਆੜੂ ਆਇਆ ਹੋਇਆ ਇਹ ਪਹਿਲੇ ਵੇਚਦੀ ਸੀ 1000 ਰੁਪਏ ਦੀ ਅੱਛਾ ਤੇ ਹੁਣ ਅੱਜ 800 ਰੁਪਏ ਦੀ ਵੇਚ ਲੈਣੀ ਅੱਜ 800 ਰੁਪਏ ਦੀ ਹੋਈ ਮਾਸ਼ਾਅੱਲਾ ਹੈ ਤਾਂ ਬੜੀ ਜ਼ਬਰਦਸਤ ਉਹ ਲਾਲ ਹੈਗੀ ਹਾਂਜੀ ਕੋਈ ਦੂਸਰੀ ਤਾਂ ਨਹੀਂ ਹੈ ਨਾ ਵੀ ਜਿਹੜੀ ਚੱਕਰ ਕਲਮੀ ਨਗਾੜ ਹੈ ਬਹੁਤ ਪਿਆਰੀ ਬਹੁਤ ਪਿਆਰੀ ਮਾਸ਼ਾਅੱਲਾ ਜੀ ਇਹ ਬੱਚੇ ਮਜ਼ਦੂਰ ਹਨ ਹੁਣ ਤਾਂ ਰਾਜ ਕੇ ਕਰੋ ਮਜ਼ਦੂਰੀ ਇੰਨਾ ਮਾਲ ਆਇਆ ਹੈ ਐ ਹੁਣ ਤਾਂ ਰਾਜ ਤੇ ਤੁਹਾਨੂੰ ਮਜ਼ਦੂਰੀ ਹੁਣ ਸ਼ਾਮ ਨੂੰ ਕੋਈ ਦਿਹਾੜੀ ਪੈਂਦੀ ਪੱਕੀ ਗੱਲ ਹੈ ਐ ਹੁਣ ਤਾਂ ਕੋਈ ਸ਼ਿਕਵਾ ਨਹੀਂ ਹੈ ਹੁਣ ਤਾਂ ਕੰਮ ਵੀ ਸਾਰੇ ਸਸਤੇ ਹੋਏ ਨੇ ਮੰਗਾਈ ਵੀ ਥੱਲੇ ਆਈ ਹੋਈ ਕੁਛ ਇਹ ਗੱਲ ਹੈ ਸਾਹਿਬ ਮੰਗਾਈ ਵੀ ਥੱਲੇ ਆ ਗਈ ਇਨਸ਼ਾਅੱਲਾ ਅੱਲਾ ਖੈਰ ਕਰੇ ਕੁਰਬਾਨੀ ਲਿਆਂਦੇ ਨੇ ਆਲੂ ਬੁਖਾਰਾ ਲਿਆਂਦੇ ਨੇ ਆੜੂ ਲਿਆਂਦੇ ਮਾਸ਼ਾਅੱਲਾ ਇਹ ਸਾਡੇ ਪਰਦੇਸੀ ਭਾਈ ਹੈ ਸਾਡੇ ਵਾਸਤੇ ਸਾਡੇ ਮਹਿਮਾਨ ਅਸਲਾਮ ਅਲੈਕੁਮ ਸਰ ਵਾਲੇਕੁਮ ਅੱਛਾ ਸਰ ਜੀ ਇਹ ਕੁਰਬਾਨੀ ਤੁਸੀਂ ਲਿਆਂਦੇ ਜੇ ਹਾਂਜੀ ਤੇ ਕਿਆ ਕੀ ਖਿਆਲ ਹੈ ਇੱਥੇ ਕੰਮ ਸੈੱਟ ਹੈ ਲਾਹੌਰ ਮੰਡੀ ਵਿੱਚ ਕਿਉਂਕਿ ਪਾਕਿਸਤਾਨ ਦਾ ਦਿਲ ਹੈ ਮੰਡੀ ਠੀਕ ਹੈ ਨਾ ਇਹੋ ਜਿਹਾ ਸੀਨ ਜਾਂ ਇਹੋ ਜਿਹਾ ਮਜ਼ਾ ਕਿਸੇ ਮੰਡੀ ਵਿੱਚ ਨਹੀਂ ਕਿਧਰੇ ਵੀ ਤੁਸੀਂ ਚਲੇ ਜਾਓ ਕਿੰਨੀਆਂ ਕਿੰਨੀਆਂ ਵੱਡੀਆਂ ਮੰਡੀਆਂ ਲੇਕਿਨ ਇਹੋ ਜਿਹਾ ਮਜ਼ਾ ਨਹੀਂ ਲਾਹੌਰ ਮੰਡੀ ਤੋਂ ਆ ਕਿ ਬਹੁਤ ਅੱਛਾ ਮੰਡੀ ਹੈ ਤਕਰੀਬਨ 10 ਸਾਲ ਸੇ 12 ਸਾਲ ਸੇ ਇਧਰ ਕੰਮ ਕਰ ਰਹੇ ਹਾਂ ਅੱਛਾ ਅੱਛਾ ਲੇਕਿਨ ਜੇ ਤੋ ਮਾਰਕੀਟ ਹੈ ਕਭੀ ਉੱਪਰ ਜਾਏਗਾ ਕਭੀ نیچے ਜਾਏਗਾ نیچے ਜਾਏਗਾ ਬਸ ਖੁਸ਼ ਹੈ ਜੋ ਮੰਡੀ ਦਾ ਮਤਲਬ ਕਿ ਮੰਡੀ ਮੰਡੀ ਤੋਂ ਬਹੁਤ ਸੋਹਣਾ ਮੰਡੀ ਕਿਉਂਕਿ ਜਿਸ ਟਾਈਮ ਵੀ ਮਾਲ ਆ ਜਾਏ ਉਹ ਬਿਕ ਰਿਹਾ ਹੈ ਇਹ ਟੈਨਸ਼ਨ ਨਹੀਂ ਹੈ ਚਾਹੇ ਸਵੇਰ ਆ ਜਾਏ 10 ਵਜੇ ਆ ਜਾਏ 1 ਵਜੇ ਆ ਜਾਏ ਉਹ ਟੈਨਸ਼ਨ ਨਹੀਂ ਹੈ ਹਾਂਜੀ ਹਾਂਜੀ ਲੇਕਿਨ ਇਹ ਤੋਂ ਮਾਰਕੀਟ ਹੈ ਮੰਨ ਦਾ ਵੀ ਹੋਗਾ ਇਹ ਤੇ ਤਾਂ ਭਾਵੇਂ ਤੂੰ ਰਾਤ ਦੇ 3 ਵਜੇ ਆ ਜਾ ਭਾਵੇਂ ਰਾਤ ਦੇ 2 ਵਜੇ ਆ ਜਾ ਤਾਂ ਵੀ ਵਿਕੇਗਾ ਹਾਂ ਲੇਕਿਨ ਇੱਕ ਬਾਤ ਹੈ ਕਿ ਮੰਡੀ ਦਾ ਜੋ ਨਿਜ਼ਾਮ ਹੈ ਉਹ ਸਹੀ ਨਹੀਂ ਕਿਉਂਕਿ ਪੁਰਾਣਾ ਮੰਡੀ ਹੈ ਤਕਰੀਬਨ 1965-70 ਮੇ ਬਣਾ ਹੈ ਅਭੀ ਤੱਕ ਇਹ ਮੰਡੀ ਹੈ ਪਹਿਲੇ ਇਸਕਾ ਜਗ੍ਹਾ ਤਾ ਵੀ ਲੇਕਿਨ ਅਭੀ ਉਹ ਦੁਬਾਰਾ ਪਤਾ ਨਹੀਂ ਕਿਸੀ ਕਮੇਟੀ ਵਾਲੋ ਨੇ ਕਿਸੀ ਕੋ ਦਿਆ ਜਾਂ ਜੋ ਵੀ ਤਾ ਲੇਕਿਨ ਇਨਸ਼ਾਅੱਲਾ ਮਾਰਾ ਵੀ ਤੁਸੀਂ ਗੱਡੀ ਲਿਆਂਦੇ ਨੇ ਮਾਸ਼ਾਅੱਲਾ ਕੰਮ ਠੀਕ ਹੈ ਸਹੀ ਹੈ ਅੱਛਾ ਹੈ ਸ਼ੁਕਰ ਹੈ ਅਭੀ ਬਾਜ਼ਾਰ ਤੋਂ ਬੰਦ ਹੈ ਬਹੁਤ 300-400 ਕਾ ਫਰਮਾਨ ਉਹਦੀ ਵਜ੍ਹਾ ਇਹ ਹੈ ਨਾ ਕਿ ਨਾਲ ਆਈਟਮਾਂ ਵੀ ਤਾਂ ਇਸ ਟਾਈਮ ਬੜੀਆਂ ਚੱਲ ਰਹੀਆਂ ਨਾ ਹਾਂਜੀ ਖਰਬੂਜ਼ਾ ਚੱਲ ਰਿਹਾ ਹੈ ਨਾਲ ਗਰਮਾ ਚੱਲ ਰਿਹਾ ਦੁਆਣਾ ਚੱਲ ਰਿਹਾ ਕੁਰਬਾਨੀ ਦੇ ਨਾਲ ਫਿਰ ਆੜੂ ਚੱਲ ਰਿਹਾ ਆੜੂ ਦੇ ਨਾਲ ਦੂਸਰਾ ਚੱਲ ਰਿਹਾ ਆਲੂ ਬੁਖਾਰਾ ਚੱਲ ਰਿਹਾ ਸਭ ਫਸਲੇ ਬਿਲਕੁਲ ਇੱਕ ਲੈਵਲ ਪਿਆ ਨਾ ਮਿਸਾਲ ਸਰਦਾਰ ਵੀ ਹੈ ਉਹਨਾਂ ਦਾ ਇਹਨਾਂ ਸਾਰਿਆਂ ਦਾ ਸਰਦਾਰ ਵੀ ਅੰਬ ਹਾਂ ਬਿਲਕੁਲ ਠੀਕ ਹੈ ਨਾ ਉਹ ਵੀ ਚੱਲ ਰਿਹਾ ਅੰਬ ਵੀ ਮੰਨਦਾ ਹੈ ਨਾ ਅੰਬ ਵੀ ਤੋਂ ਤੇਜ਼ ਨਹੀਂ ਹੈ ਨਾ ਅੰਬ ਵੀ ਮੰਨਦਾ ਹੈ ਨਾ ਤਰਬੂਜ਼ ਵੀ ਮੰਨਦਾ ਹੈ ਤੋਂ ਸਭ ਚੀਜ਼ ਆੜੂ ਦਿਖਦਾ ਹੀ ਨਹੀਂ ਹੈ ਸਿਰਫ ਇਹ ਲੋਕਾਂ ਤੋਲਾ ਸਹੀ ਵਿਕ ਰਿਹਾ 500-550 ਕੁਰਬਾਨੀ ਸਹੀ ਹੈ 600-650 ਮਾਸ਼ਾਅੱਲਾ ਜੀ ਇਸ ਟਾਈਮ ਆਲੂ ਬੁਖਾਰਾ ਔਰ ਆੜੂ ਕੁਰਬਾਨੀ ਇਹ ਤਿੰਨਾਂ ਚੀਜ਼ਾਂ ਦਾ ਮਾਸ਼ਾਅੱਲਾ ਜ਼ੋਰ ਅੱਜ ਸਾਹਿਬ ਕਿੰਨੇ ਦਾ ਆੜੂ ਦਾ ਕੱਟ 2800 ਰੁਪਏ ਦਾ ਬੰਦੇ ਤਿੰਨ ਹੁੰਦੇ ਨੇ 2800 ਰੁਪਏ ਦਾ ਜੀ ਤਿੰਨ ਕਾਰਟਨ ਹੁੰਦੇ ਨੇ ਛੋਟੇ ਛੋਟੇ ਜਿੱਦੇ ਆ ਡੱਬੇ ਆਏ ਨੇ ਇਹਨਾਂ ਦਾ ਮੇਰੇ ਖਿਆਲ ਨਾਲ 1.5 ਕਿਲੋ ਵਜ਼ਨ ਹੁੰਦਾ ਆੜੂ ਤੁਸੀਂ ਵੇਖੋ ਇਹਨਾਂ ਕਿੰਨੇ ਪਿਆਰ ਨਾਲ ਲਾਇਆ ਹੈ ਆੜੂ ਇਹ ਤਾਂ ਕੋਈ ਕਮੀ ਨਹੀਂ ਉੱਤੋਂ ਸਹੀ ਹੈ ਮੱਲਾ ਜਿਹੜਾ ਇਹਨਾਂ ਦੇ ਵਿੱਚ ਖਰਾਬ ਭਰਿਆ ਹੁੰਦਾ ਹੈ ਕਹਿੰਦੇ 700 ਰੁਪਏ ਦਾ ਡੱਬਾ ਦਿਓ ਮਾਲਕ ਮੂੰਹ ਤੇ ਬੈਠਾ ਜੇ ਅਗਰ ਖਰਾਬ ਹੁੰਦਾ ਤਾਂ ਉਹ ਤੈਨੂੰ ਕਵਿਆ ਯਾਰ ਖਰਾਬ ਅਸੀਂ ਖਰਾਬ ਲਿਆਂਦੇ ਤਸਵੀਰਾਂ ਲਾਈਆਂ ਨੇ ਹਾਂਜੀ 700 ਰੁਪਏ ਦਾ ਡੱਬਾ ਤੇ ਉੱਤੇ ਅੱਗੇ ਗਾਹ ਗਾਹ ਕਹਿੰਦਾ 100 ਰੁਪਏ ਕਿਲੋ ਦੇ ਦਿਓ ਸਾਨੂੰ ਅੱਛਾ ਅੱਛਾ 100 ਰੁਪਏ ਕਿਲੋ ਸਮਝ ਆਂਦਾ ਕਿਰਾਇਆ ਵੀ ਪੈਣਾ ਇਹਨਾਂ ਦਾ ਖਰਚਾ ਵੀ ਪੈਣਾ ਪਾਣੀ ਦਾ ਵੀ ਪੈਣਾ ਬਿਲਕੁਲ ਸਹੀ ਇਹ 150 ਰੁਪਏ ਕਿਲੋ ਤੇ ਇੱਥੇ ਪੈ ਜਾਂਦਾ
ਸਹੀ ਗੱਲ ਹੈ, 150 ਰੁਪਏ ਤੇ ਇੱਥੇ ਪੈ ਜਾਂਦਾ। ਦੇਖੋ ਜੀ ਉਹਨਾਂ ਮੋਬਾਈਲ ਵਿੱਚ ਨਾ ਤਸਵੀਰਾਂ ਲਾਈਆਂ ਹੋਈਆਂ ਕਿ ਖਰਾਬ ਹੈ ਆਲੂ ਆੜੂ। ਦੇਖੋ ਛੋਟੀਆਂ 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 ਟੋਲੀਆਂ ਹੈ, ਉਹ ਬੋਲੀਆਂ ਲਾ ਰਹੀਆਂ। ਜਿਵੇਂ ਜਿਵੇਂ ਕਿਸੇ ਦੀ ਗੱਡੀ ਆਉਂਦੀ ਜਾਂਦੀ ਉਸ ਤਰੀਕੇ ਉਹ ਬੋਲੀ ਲਾਉਂਦਾ ਜਾਂਦਾ, ਵੇਚਦਾ ਜਾਂਦਾ। ਸੌਦਾ ਹੋ ਗਿਆ। ਜੀ ਸਰ ਕੀ ਹਾਲ ਹੈ? ਠੀਕ ਹੈ, ਹੋਰ ਸਰ ਕੀ? ਅੱਲਾ ਦਾ ਸ਼ੁਕਰ ਮਾਸ਼ਾਅੱਲਾ। ਅੱਜ ਹੁਣ ਤਾਂ VIP ਆ ਗਿਆ ਹੈ, ਅੱਜ ਬਹੁਤ ਅੱਛਾ ਮਾਲ ਹੈ ਜਿਹਦੇ ਵੀ ਨਜ਼ਰ ਪੈ ਰਹੀ ਨਾ, ਬਹੁਤ ਅੱਛਾ VIP ਮਾਲ ਅੱਜ ਵਿਕ ਰਿਹਾ। ਲਾਲੇ ਹੋਰੀ ਮਾਲ ਲਿਆ ਰਹੇ ਨੇ ਮਾਸ਼ਾਅੱਲਾ। ਅੱਛਾ ਅੱਛਾ, ਮਾਸ਼ਾਅੱਲਾ ਅੱਛਾ, ਸਵਾਦ ਸੇ ਲਾਇਆ ਆਪ ਲਾਇਓ ਮਾਸ਼ਾਅੱਲਾ ਜੀ। ਲਾਲੇ ਹੋਰਾਂ ਦੀ ਗਾਡੀ ਆਈ ਹੋਈ ਹੈ, ਤੁਸੀਂ ਮਾਲ ਵੇਖੋ ਤੁਹਾਡਾ ਦਿਲ ਖੁਸ਼ ਹੋ ਜਾ। ਔਰ ਤੁਸੀਂ ਇਹਦਾ ਜੂਸ ਪੀਣਾ ਚਾਹੁੰਦੇ ਨੇ, 4 ਖਜੂਰਾਂ ਸੁੱਟੋ ਇਹਦੇ ਵਿੱਚ, ਤੇ 2 ਇਹ ਹੋਵੇ, ਕੀ ਬਾਤ ਹੈ ਯਾਰ, ਪਤਾ ਲੱਗੇ ਕਿ ਕਿਆ ਕਰ। ਹਾਂਜੀ ਵਜ਼ਨ ਕਿੰਨਾ? ਵਜ਼ਨ ਇਹਦਾ 6.5 ਕਿਲੋ। 6.5 ਕਿਲੋ 570 ਦੀ ਲਈ ਹੈ? 580 ਦੀ ਲਈ। ਇਹ ਕਿੰਨੇ? 80-90 ਰੁਪਏ ਪੈ ਗਏ ਇਹਨੇ ਦਾ ਪੈਂਦਾ। 90 ਕਿੰਨੇ ਕਿੰਨੇ ਦੀ ਪੇਟੀਆਂ ਲਈਆਂ? 300 ਰੁਪਏ ਇੱਥੇ ਵੇਚਣਾ ਜਾਂ ਬਾਹਰ ਲਿਜਾਣਾ? ਯਾਨੀ ਮੰਡੀ ਵਿੱਚ ਲੈ ਕੇ? ਮੰਡੀ ਯਾਰ, ਕਈ ਬਾਈ ਕਹਿੰਦੇ ਨੇ ਯਾਰ ਭਾਈ ਅਸਲਮ ਇਹ ਕਿਸ ਤਰੀਕੇ ਕੰਮ ਕੀਤਾ ਜਾਂਦਾ, ਕੀ ਤਰੀਕਾ ਕਰ ਰਹਿੰਦਾ? ਇਹ ਵੇਖੋ ਜੀ ਮੇਰੇ ਛੋਟਾ ਜਿਹਾ ਬਾਈ ਹੈ, ਉਹਨਾਂ ਨੇ ਇੱਥੇ ਹੀ ਲਈਆਂ ਨੇ ਪੇਟੀਆਂ, ਔਰ ਇੱਥੇ ਹੀ ਰੱਖ ਕੇ ਵੇਚ ਰਹੇ, ਇੱਥੇ ਹੀ ਮੁਨਾਫਾ ਆਪਣਾ ਪੂਰਾ ਕਰ ਰਹੇ। ਸਾਰੇ 100-150 ਕੁਰਬਾਨੀ ਦੀ ਹੈ, ਇੱਥੋਂ ਇੱਕ ਪੇਟੀ ਜਾਣੀ ਹੈ। ਇਹ ਚਲਾਨ ਹੁੰਦੇ ਨੇ, ਕੋਈ 20 ਦਾ ਚਲਾਨ ਹੁੰਦਾ, ਕੋਈ 10 ਦਾ ਚਲਾਨ ਹੁੰਦਾ, ਕੋਈ 15 ਦਾ, ਯਾਨੀ 15 ਪੇਟੀਆਂ, 20 ਪੇਟੀਆਂ, 50 ਪੇਟੀਆਂ ਦਾ ਚਲਾਨ ਹੁੰਦਾ। ਇੱਧਰ ਫੁਰਮਾਨੀ ਖੁੱਲ੍ਹੀ ਹੋਈ ਹੈ ਮਾਸ਼ਾਅੱਲਾ, ਫੁਰਮਾਨੀ ਖੁੱਲ੍ਹੀ, ਸਾਰੀ ਫੁਰਮਾਨੀ ਪਈ ਹੈ। ਦੱਸਣਾ ਸਰ ਮਾਸ਼ਾਅੱਲਾ, ਇਹ ਸਾਰੀ ਫੁਰਮਾਨੀ ਹੈ ਸਰ? ਸਾਰੀ ਫੁਰਮਾਨੀ ਹੈ ਬੜੇ
ਲਾਲਾ ਇੱਕ ਪੇਟੀ ਦੀ ਲਵਾਈ ਕਿੰਨੀ ਲੈਣੀ ਹੈ? 22 ਰੁਪਏ ਇੱਕ ਪੇਟੀ ਦੀ ਲਵਾਈ। ਮਾਸ਼ਾਅੱਲਾ ਜੀ ਦੇਖੋ ਹੁਣ ਆਪਣਾ ਤਰੀਕਾ ਕਰ ਦੇ ਤੋ ਲਾਲ ਜੀ ਤੁਹਾਨੂੰ ਲਾਹੌਰ ਦੇ ਸੀਨ ਕਿਸੇ ਮੰਡੀ ਵਿੱਚ ਨਹੀਂ ਨਜ਼ਰ ਆਉਣਗੇ। ਜਿਹੋ ਜਿਹੇ ਸੀਨ ਲਾਹੌਰ ਮੰਡੀ ਵਿੱਚ ਹੈ ਨਾ, ਇਹੋ ਜਿਹੇ ਕਿਸੇ ਮੰਡੀ 'ਚ ਨਹੀਂ ਤੁਹਾਨੂੰ ਮਜ਼ਾ ਆਏਗਾ। ਭਾਵੇਂ ਦੁਨੀਆ ਦੀ ਕਿਸੇ ਨੁੱਕਰ 'ਤੇ ਚਲੇ ਜਾਓ, ਇੰਡੀਆ 'ਚ ਚਲੇ ਜਾਓ, ਕਿਧਰੇ ਵੀ ਚਲੇ ਜਾਓ, ਲੇਕਿਨ ਲਾਹੌਰ ਮੰਡੀ 'ਚ ਮਜ਼ਾ ਕਿਧਰੇ ਨਹੀਂ ਆਏਗਾ। ਲਾਹੌਰ ਇਹਦੇ 'ਚ ਕੋਈ ਸ਼ੱਕ ਨਹੀਂ ਸਰ। ਇਹ ਸੋਰੀ, ਅੱਛਾ ਇਹ ਸਰ ਜੀ ਕਿੱਥੋਂ ਆ ਰਿਹਾ ਜ਼ਿਆਦਾ ਸਭ ਤੋਂ? ਸਵਾਦ ਤੋਂ ਆ ਰਿਹਾ। ਕੁਰਬਾਨੀ ਮਾਸ਼ਾਅੱਲਾ ਆ ਗਈ ਹੈ ਨਾਲ। ਹੁਣ ਜਿਹੜਾ ਆਲੂ ਬੁਖਾਰਾ ਘਾਟ ਹੈ ਹੈਗਾ ਹੈ, ਇਹ ਬਾਦਸ਼ਾਹ ਵੀ ਵੇਖ ਸੀ ਇਹ ਸ਼ੁਰੂ ਹੋਈ ਹੈ ਨਹੀਂ ਤਾਂ ਮਾਸ਼ਾਅੱਲਾ ਬਹੁਤ ਜ਼ਿਆਦਾ। ਅੱਛਾ ਮਾਸ਼ਾਅੱਲਾ, ਕੀ ਬਾਤ ਹੈ ਜੀ। ਮੈਂ ਕਹਿੰਦਾ ਜੀ ਇਹ ਨਜ਼ਰ ਜਿੰਨਾ ਤੱਕ ਨਜ਼ਰ ਜਾਂਦੀ ਹੈ ਤੁਸੀਂ ਵੇਖ ਸਕਦੇ ਨੇ ਕਿ ਲਾਹੌਰ ਵਿੱਚ ਇਤਨਾ ਕੁਆੜੂ ਆ ਗਿਆ ਹੈ ਮਾਸ਼ਾਅੱਲਾ ਇਸ ਟਾਈਮ। ਹਾਂਜੀ ਮਾਸ਼ਾਅੱਲਾ, ਕੀ ਬਾਤ ਹੈ ਸਰ। ਪਾਕਿਸਤਾਨ ਦੀ ਜਾਨ ਮੰਡੀ, ਦਿਲ ਦਾ ਵੀ ਜਾਨ ਤਸਵੀਰ। ਅਸਲਮ ਬਲੌਗ ਥ੍ਰੀ, ਅਸਲਮ ਬਲੌਗ ਥ੍ਰੀ, ਯਾਦ ਰੱਖ ਬਲੌਗ 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 ਦਾ ਕਹਿ ਦੀ ਕੁਦਾ ਤੂੰ ਆਪਣੀ ਮਰਜ਼ੀ ਨਾਲ ਕਹੀ ਜਾਵੇਂ। ਹਰ ਜਗ੍ਹਾ ਤੇ ਬੋਲੀ ਇਸ ਟਾਈਮ ਸੁਬਾ ਸੁਬਾ ਜਦੋਂ ਨੂੰ ਬੋਲੀਆਂ ਸ਼ੁਰੂ ਹੋਈਆਂ ਹੋਈਆਂ, ਆੜੂ ਦੀਆਂ ਕੁਰਬਾਨੀ ਦੀਆਂ ਆਲੂ ਬੁਖਾਰਾ ਸੁਬਾ ਸੁਬਾ ਬੋਲੋ।